ਸੋਮਵਾਰ ਨੂੰ ਪੰਜਾਬ 'ਚ ਦੋ ਡਵੈਲਪਮੈਂਟਸ ਹੋਈਆਂ ਨੇ ਜੋ ਨਿਆਂ ਪ੍ਰਣਾਲੀ ਉੱਤੇ ਸਵਾਲੀਆ ਨਿਸ਼ਾਨ ਖੜੇ ਕਰਦੀਆਂ ਨੇ ਇੱਕ ਦੇ ਵਿੱਚ ਗੁਰਦਾਸਪੁਰ ਜ਼ਿਲ੍ਹਾ ਅਦਾਲਤ ਨੇ ਗੁਰਕੀਰਤ ਸਿੰਘ ਸੇਖੋਂ ਕਤਲ ਕੇਸ 'ਚ ਚਾਰੇ ਮੁਲਜ਼ਮਾਂ ਨੂੰ ਦੋਸ਼ੀ ਪਾ ਕੇ ਉਮਰਕੀਅਦੀ ਸਜ਼ਾ ਸੁਣਾਈ ਹੈ ਵੇਖਣ ਨੂੰ ਤਾਂ ਇੰਜ ਲੱਗਦਾ ਹੈ ਕਿ ਇਸ ਵਿੱਚ ਇਨਸਾਫ ਕੀਤਾ ਗਿਆ ਹੈ ਪਰ ਜੇ ਇਸ ਕੇਸ ਨੂੰ ਨਜ਼ਦੀਕ ਤੋਂ ਦੇਖੀਏ ਤਾਂ ਜ਼ਾਹਿਰ ਹੁੰਦਾ ਹੈ ਕਿ ਸੇਖੋਂ ਪਰਿਵਾਰ ਨਾਲ ਪੂਰਨ ਇਨਸਾਫ ਨਹੀਂ ਹੋਇਆ ਇਹ ਮੈਂ ਤਿੰਨ ਕਾਰਨਾ ਕਰਕੇ ਕਹਿ ਰਿਹਾ ਹਾਂ ਸਿੱਖੋ ਜਿਸ ਨੂੰ ਗਿੱਕੀ ਵੀ ਕਿਹਾ ਜਾਂਦਾ ਸੀ ਉਹ ਜਲੰਧਰ 'ਚ ਇੱਕ ਹੋਟਲ ਚਲਾਉਂਦਾ ਸੀ ਪਹਿਲਾ ਕਾਰਨ ਤਾਂ ਇਹ ਕਿ ਮੁੱਖ ਦੋਸ਼ੀ ਅਕਾਲੀ ਦਲ ਦਾ ਇੱਕ ਕੌਂਸਲਰ ਸੀ ਅਤੇ ਇੱਕ ਕਾਲੀ ਐਮਐਲਏ ਦਾ ਭਤੀਜਾ ਹੋਣ ਕਰਕੇ ਸ਼ੁਰੂ ਤੋਂ ਹੀ ਪੁਲਿਸ ਕਾਰਗੁਜ਼ਾਰੀ ਉੱਪਰ ਲੋਕਾਂ ਨੂੰ ਇਤਬਾਰ ਨਹੀਂ ਸੀ ਜੇ ਜਲੰਧਰ 'ਚ ਪਿਛਲੇ 2-3 ਸਾਲ ਤੋਂ ਰੋਸ ਮੁਜ਼ਾਰੇ ਨਾ ਹੁੰਦੇ ਅਤੇ ਲੋਕਾਂ ਵੱਲੋਂ ਦਬਾਅ ਨਾ ਬਣਦਾ ਤਾਂ ਇਹ ਕੇਸ ਪਹਿਲਾਂ ਹੀ ਰਫਾ ਦਫਾ ਹੋ ਸਕਦਾ ਸੀ ਦੂਜਾ ਪੁਲਿਸ ਦਾ ਡੀਐਸਪੀ ਜਿਸ ਨੇ ਇਸ ਕੇਸ ਦੀ ਸ਼ੁਰੂ ਦੀ ਤਫ਼ਤੀਸ਼ ਕੀਤੀ ਸੀ ਉਸਨੇ ਆਪ ਹੀ ਡਿਫੈਂਸ ਵਿਟਨੈਸ ਬਣ ਕੇ ਪੁਲਿਸ ਨੂੰ ਝੂਠਾ ਕਰਨ ਦੀ ਕੋਸ਼ਿਸ਼ ਕੀਤੀ ਤੀਜਾ ਕੇਸ ਦੀ ਅਖੀਰਲੀ ਸਟੇਜ ਵਿਚਾਰੀ ਚ ਇੱਕ ਐਪਲੀਕੇਸ਼ਨ ਦਾਇਰ ਕੀਤੀ ਗਈ ਜਿਸ ਤੋਂ ਬਾਅਦ ਦੋਸ਼ੀਆਂ ਨੂੰ ਸਜ਼ਾ ਕਤਲ ਦੀ ਧਾਰਾ ਆਈਪੀਸੀ ਦੀ ਧਾਰਾ 302 ਹੇਠ ਨਹੀਂ ਪਰ ਧਾਰਾ 304 ਆਈਪੀਸੀ ਹੇਠ ਦਿੱਤੀ ਗਈ ਹੈ ਇਸ ਧਾਰਾ ਮੁਤਾਬਕ ਮਲਜ਼ਮਾਂ ਦਾ ਕਤਲ ਕਰਨ ਦਾ ਕੋਈ ਇਰਾਦਾ ਨਹੀਂ ਸੀ ਪਰ ਕਤਲ ਹੋ ਗਿਆ ਇਹਨਾਂ ਸਭ ਮਸਲਿਆਂ ਉੱਪਰ ਸੇਖੋਂ ਪਰਿਵਾਰ ਨੇ ਇਤਰਾਜ਼ ਜਤਾਇਆ ਹੈ ਹੁਣ ਇਹ ਕੇਸ ਲਾਜ਼ਮੀ ਹਾਈ ਕੋਰਟ ਵਿੱਚ ਜਾਏਗਾ ਦੂਜਾ ਕੇਸ ਹੈ 2010 ਦਾ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹ 그룹 ਦੇ ਮੈਂਬਰ ਸਾਧੂ ਸਿੰਘ ਤਖਤੂਪੁਰਾ ਦਾ ਕਤਲ ਹੋ ਗਿਆ ਸੀ ਹਫਤਾ ਕੋ ਪਹਿਲਾਂ ਇਸ ਦੇ ਮਲਜ਼ਮਾਂ ਨੂੰ ਕਚੈਰੀ ਨੇ ਬਰੀ ਕਰ ਦਿੱਤਾ ਬੀਕੇਯੂ ਦੇ ਕਾਰਕੂਨ ਕਹਰੇ ਨੇ ਕਿ ਐਫ ਆਈ ਆਰ ਵਿੱਚ ਅਸਲੀ ਮੁਲਜ਼ਮਾਂ ਦੇ ਨਾਂ ਹੀ ਨਹੀਂ ਲਿਖੇ ਸਨ ਇਸੇ ਕਰਕੇ ਇਹ ਜਿਹੜਾ ਲੋਕੀ ਸੀ ਇਹ ਬਰੀ ਹੋ ਗਏ ਇਹ ਕੇਸ ਵੀ ਹੁਣ ਹਾਈ ਕੋਰਟ ਚ ਜਾ ਸਕਦਾ ਹੈ ਜੋ ਇਸ ਵੇਲੇ ਪੰਜਾਬ ਚ ਅਮਨ ਕਾਨੂੰਨ ਦੀ ਵਿਵਸਥਾ ਹੈ ਉਸ ਕਰਕੇ ਲੋਕਾਂ ਦੀਆਂ ਨਜ਼ਰਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਟਿਕੀਆਂ ਹੋਈਆਂ ਨੇ ਉਹ ਹਾਈ ਕੋਰਟ ਤੋਂ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਹਾਈ ਕੋਰਟ ਨੂੰ ਇਹਨਾਂ ਦੋਵਾਂ ਕੇਸਾਂ ਚ ਇਨਸਾਫ ਦਵਾਉਣ ਦੇ ਨਾਲ ਨਾਲ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜੋ ਇਹਨਾਂ ਕੇਸਾਂ ਦੇ ਵਿੱਚ ਹੋਇਆ ਹੈ ਅੱਗੇ ਤੋਂ ਹੋਰ ਕਿਸੇ ਕੇਸ 'ਚ ਨਾ ਹੋਵੇ